ਹਰਿਆਣਾ ਪੁਲਿਸ ਨੇ ਹੋਰ ਵੀ ਕਿਸਾਨ ਚੁੱਕੇ ਹੋ ਸਕਦੇ ਨੇ। ਇਹ ਖਦਸ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜਤਾਇਆ। ਉਹਨਾਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਤੁਰੰਤ ਵਾਪਸ ਕਰੇ। ਸੰਧਵਾ ਨੇ ਖੱਟਰ ਸਰਕਾਰ ਲਈ ਸਖ਼ਤ ਸ਼ਬਦ ਵਰਤਦਿਆਂ ਕਿਸਾਨਾਂ ਤੇ ਪੁਲਿਸ ਕਾਰਵਾਈ ਨੂੰ ਮੰਦਭਾਗਾ ਦੱਸਿਆ। ਮੋਦੀ ਸਾਹਿਬ ਸਮਝੋ, ਔਰ ਜਿਹੜਾ ਕਿਸਾਨ ਹੈ ਇਕੱਲਾ ਪੰਜਾਬ ਦਾ ਕਿਸਾਨ ਨਹੀਂ ਹੈ, ਇਹ ਦੇਸ਼ ਦੇ ਕਿਸਾਨ ਦੀ ਲੜਾਈ ਲੜ ਰਿਹਾ ਪੰਜਾਬ ਦਾ ਕਿਸਾਨ। ਉਹ ਟੱਸ ਵੀ ਹੋਊਗਾ ਅਤੇ ਮੱਸ ਵੀ ਹੋਊਗਾ। ਉਸ ਹਿਸਟਰੀ ਪੜ੍ਹਾ ਦਈਏ ਉਹਨਾਂ ਨੂੰ, ਆ ਜੈਤੋਂ ਦੇ ਮੋਰਚੇ ਦੀ ਹਿਸਟਰੀ ਪੜ੍ਹਾ ਦਈਏ। ਜਿਹੜਾ ਪਾਵਰ ਦਾ ਨਸ਼ਾ ਹੁੰਦਾ ਨਾ, ਜੋ ਕਿਸੇ ਵੀ ਨਸ਼ੇ ਨਾਲ ਖਤਰਨਾਕ ਹੁੰਦਾ, ਹੁਣ ਮਦਮਸਤ ਹੋਏ ਵੇ ਆ ਉਹ ਪਾਵਰ ਦੇ ਨਸ਼ੇ 'ਚ, ਅਤੇ ਆ ਜੂਗਾ ਥੱਲੇ। ਮੈਨੂੰ ਇਹ ਵੀ ਪਤਾ ਲੱਗਿਆ ਮੀਡੀਆ ਦੇ ਰਾਹੀਂ, ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਦੋ ਹੋਰ ਨੇ ਨੌਜਵਾਨ ਜਿਹੜੇ ਉਹ ਇੱਧਰੋਂ ਚੱਕ ਕੇ ਲਗਾਏ। ਸੋ ਮੈਂ ਹਰਿਆਣਾ ਸਰਕਾਰ ਨੂੰ ਇਹ ਕਹਿੰਦਾ, ਖੱਟਰ ਸਾਹਿਬ ਨੂੰ, ਵੀ ਤੁਹਾਡੇ ਨਾਲ ਤਾਂ ਲੜਾਈ ਕੋਈ ਨਹੀਂ, ਲੜਾਈ ਤਾਂ ਕੇਂਦਰ ਸਰਕਾਰ ਨਾਲ ਹੈ। ਸਾਡੇ ਨੌਜਵਾਨ ਜਿਹੜੇ ਤੁਸੀਂ ਚੱਕ ਕੇ ਲਗਾਏ ਹੋ, ਜਿਹਨਾਂ ਨੂੰ ਤੁਸੀਂ ਜ਼ਖਮੀ ਕੀਤਾ ਤੁਹਾਡੇ ਗੁੰਡਿਆਂ ਨੇ, ਔਰ ਪਤਾ ਲੱਗਿਆ ਵੀ ਉਹਨਾਂ ਨੇ ਵਰਦੀ ਵੀ ਨਹੀਂ ਪਾਈ ਸੀ। ਸੋ ਇਹ ਤਾਂ ਮਤਲਬ ਇਹ ਤਾਂ ਕਾਨੂੰਨ ਦਾ ਵੀ ਅਪਮਾਨ ਹੈ, ਸੰਵਿਧਾਨ ਦਾ ਵੀ ਅਪਮਾਨ ਹੈ। ਸੋ ਉਹਨਾਂ ਦਾ ਪਤਾ ਦੱਸਿਆ ਜਾਵੇ ਔਰ ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ, ਜਿਹੜੇ ਵੀ ਹੈਗੇ। ਹਰਿਆਣਾ ਸਰਕਾਰ ਨੇ ਤਾਂ ਕਈ ਫਸਲਾਂ 'ਤੇ MSP ਦਿੱਤਾ ਜੀ, ਲੱਗਦਾ ਕਿ ਸੂਬਾ ਸਰਕਾਰ ਵੀ। ਫਿਰ ਆਪਾਂ ਸਾਰੇ ਹਰਿਆਣੇ ਜਾ ਕੇ ਰਹਿਣ ਲੱਗ ਪੈਂਦੇ ਹਾਂ। ਇਹ ਕੋਈ ਇਹ ਗੱਲਾਂ ਹੈ, ਗੱਲਾਂ ਨਾਲ MSP ਨਹੀਂ ਦਿੱਤੀ ਜਾਂਦੀ। ਸਰ ਸਾਨੂੰ ਲੀਗਲ ਗਰੰਟੀ ਚਾਹੀਦੀ ਹੈ, ਲੀਗਲ ਗਰੰਟੀ ਮਤਲਬ ਹਰੇਕ ਨੂੰ ਹੈ। ਅੰਬਾਨੀ ਨੂੰ ਹਰੇਕ ਗੱਲ ਦੀ ਲੀਗਲ ਗਰੰਟੀ ਹੈ, ਅਡਾਨੀ ਨੂੰ ਗਰੰਟੀ ਹੈ। ਆ ਪਿੱਛੇ ਜੇ ਸਾਈਲੋ ਬਣਾਉਣੇ ਸੀ, ਮੇਰੇ ਖਿਆਲ 1.5 ਦਰਜਨ ਦੇ ਕਰੀਬ ਸਾਈਲੋ ਸੀ, ਇੱਕੋ ਟੈਂਡਰ ਇੱਕੋ ਬੰਦੇ ਦਾ ਲੈ ਰਹੇ ਸੀ ਸਿਰਫ, ਉਹਦਾ ਰਿਲਾਇੰਸ ਵਾਲੇ ਦਾ। ਮਤਲਬ ਤੁਸੀਂ ਸਾਰਾ ਦੇਸ਼ ਵੇਚਣਾ, ਔਰ ਉਹਨੂੰ ਰੋਕਤਾ, ਹੁਣ ਉਹ ਕਿਸੇ ਨੇ ਓਬਜੈਕਟ ਕੀਤਾ ਅਤੇ ਉਹਨੂੰ ਉਹ ਟੈਂਡਰ ਰੋਕਤਾ। ਮਤਲਬ ਐਡੀ ਤਕੜੇ ਲੈਵਲ ਦੀ ਲੁੱਟ ਹੈ। ਸੋ ਲੁੱਟ ਬੰਦ ਕਰੋ, ਹਿੰਦੁਸਤਾਨ ਨੂੰ ਪਹਿਲਾਂ ਮੁਗਲਾਂ ਤੋਂ ਅਸੀਂ ਅੱਗੇ ਲੱਗ ਕੇ ਕੁਰਬਾਨੀਆਂ ਦੇ ਕੇ ਬਚਾਇਆ, ਫਿਰ ਅੰਗਰੇਜ਼ਾਂ ਤੋਂ ਛਡਾਇਆ, ਅੱਜ ਚੀਨ ਤੋਂ ਹੋਰ ਦੁਸ਼ਮਣ ਦੇਸ਼ਾਂ ਤੋਂ ਸਾਡੇ ਬੱਚੇ, ਸਾਡੇ ਕਿਸਾਨਾਂ ਦੇ, ਇਕੱਲੇ ਪੰਜਾਬ ਦੇ, ਸਾਰੇ ਦੇਸ਼ ਦੇ ਕਿਸਾਨਾਂ ਦੇ ਬੱਚੇ ਹੀ ਜਾਂਦੇ ਜਿਹੜੇ ਆਰਮੀ 'ਚ, ਅਸੀਂ ਉੱਥੇ ਜਾ ਗੋਲੀਆਂ ਖਾਂਦੇ ਹਾਂ। ਸੋ ਦੇਸ਼ ਜਾਗ ਚੁੱਕਿਆ, ਹੁਣ ਇਹ ਤੁਸੀਂ ਇਹ ਲੁੱਟ ਹੈ ਬੰਦ ਹੋਊਗੀ।